ਸੰਗਰੂਰ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਦੇ ਵਿੱਚ ਕਿਸਾਨਾਂ ਵੱਲੋਂ 13 ਫਰਵਰੀ ਨੂੰ ਦਿੱਲੀ ਵੱਲ ਮਾਰਚ ਕਰਨ ਦੇ ਲਈ ਲਗਾਤਾਰ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ। ਹਰ ਘਰ ਤੋਂ ਰਾਸ਼ਨ ਇਕੱਠਾ ਕਰਕੇ ਟਰਾਲੀਆਂ ਚ ਭਰਿਆ ਜਾ ਰਿਹਾ। ਲੱਕੜ ਨਾਲ ਭਰੀਆਂ ਟਰਾਲੀਆਂ ਵੀ ਤਿਆਰ ਕੀਤੀਆਂ ਜਾ ਰਹੀਆਂ ਨੇ। ਟਰੈਕਟਰ ਟਰਾਲੀਆਂ ਦੇ ਵਿੱਚ ਠਹਿਰਨ ਦਾ ਪ੍ਰਬੰਧ ਵੀ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਕਿਸਾਨ ਆਗੂ ਮੁਤਾਬਕ 12 ਤਰੀਕ ਨੂੰ ਦਿੱਲੀ ਵੱਲ ਉਚਾਲੇ ਪਾਉਣਗੇ। ਉਨ੍ਹਾਂ ਕਿਹਾ ਕਿ ਜੇਕਰ ਹਰਿਆਣਾ ਸਰਕਾਰ ਨੇ ਸਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਇਸ ਦਾ ਮੂੰਹ ਤੋੜਵਾ ਜਵਾਬ ਦੇਵਾਂਗੇ। ਉਧਰ ਹਰਿਆਣਾ ਪੁਲਿਸ ਨੇ ਬੈਰੀਕੇਡ ਲਗਾ ਕਿਸਾਨਾਂ ਨੂੰ ਰੋਕਣ ਦੀ ਤਿਆਰੀ ਕਰ ਰੱਖੀ ਹੈ। ਤਸਵੀਰਾਂ ਖਨੌਰੀ ਤੋਂ ਨੇ ਜਿੱਥੇ ਪ੍ਰਸ਼ਾਸਨ ਨੇ ਵੱਡੇ ਵੱਡੇ ਪੱਥਰ ਸੜਕਾਂ ਤੇ ਲਗਾ ਰੱਖੇ ਨੇ। ਬਾਈ ਜੀ ਕੀ ਨਾਮ ਹੈ ਤੁਹਾਡਾ ਜੀ? ਬਾਈ ਜੀ ਅਮਰ ਸਿੰਘ ਜੀ, ਪਿੰਡ ਲੌਂਗਵਾਲਾ, ਜ਼ਿਲ੍ਹਾ ਕਾਰਜਕਾਰੀ ਆਗੂ। ਤਿਆਰੀਆਂ ਕਿਵੇਂ ਨੇ 13 ਦੀਆਂ? ਬਾਈ ਤਿਆਰੀਆਂ ਦੇਖੋ, ਅਸੀਂ ਗੁਰੂਆਂ ਤੋਂ ਪ੍ਰੇਰਨਾ ਲੈ ਕੇ ਸਿੱਖੇ ਹੋਏ ਹਾਂ ਕਿ ਅਸੀਂ ਆਪਦੀ ਜਿਹੜੀ ਕਿਸਾਨੀ ਹੈ ਅੰਨਦਾਤਾ ਹੈ, ਕਿਉਂਕਿ ਜੇ ਸਾਡਾ ਅੰਨਦਾਤਾ ਬਚ ਜੂ ਤਾਂ ਅਸੀਂ ਅੱਜ ਗੁਰੂਆਂ ਪੀਰਾਂ ਦੇ ਲੰਗਰ ਲਾ ਸਕਦੇ ਹਾਂ, ਨਹੀਂ ਅਸੀਂ ਸਾਡੇ ਗੁਰੂਆਂ ਪੀਰਾਂ ਦੇ ਦਿਨ ਨਹੀਂ ਮਨਾ ਸਕਦੇ, ਅਸੀਂ ਭਿਖਾਰੀ ਬਣ ਕੇ ਰਹਿ ਜਾਂਗੇ। ਇਸ ਕਰਕੇ ਜਿਵੇਂ ਸਾਡੇ ਗੁਰੂਆਂ ਨੇ 23 ਸਾਲ ਦੀ ਉਮਰ ਦੇ ਵਿੱਚ ਅਡਵਾਇਰ ਜ਼ਿਲ੍ਹੇ ਵਾਲੇ ਬਾਗ ਦਾ ਜਾ ਕੇ ਬਦਲਾ ਲਿਆ, ਅਸੀਂ ਉਸੇ ਨੋਟ ਲਲਕਾਰੇ ਨਾਲ ਜਾਵਾਂਗੇ। ਸਾਡੀਆਂ ਜਾਨਾਂ ਜਾਂਦੀਆਂ ਨੇ ਵਗ ਜਾਣਾ, ਅਸੀਂ ਆਪਦੀ ਮਾਂ ਜ਼ਮੀਨ, ਅਸੀਂ ਆਪਦਾ ਖੇਤੀ ਸੈਕਟਰ ਬਚਾਉਣ ਲਈ ਹਰ ਹਾਲਤ 'ਚ ਸਾਡੀਆਂ ਮਾਵਾਂ ਭੈਣਾਂ ਸਾਡੇ ਨਾਲ ਨੇ, ਜੋ ਨੌਜਵਾਨੀ ਸਾਡੇ ਨਾਲ ਹੈ। ਜਿਹੜਾ ਸਰਕਾਰ ਨੇ ਜ਼ੋਰ ਲਾਉਣਾ ਉਹ ਲਾ ਕੇ ਖੜੇ, ਲਲਕਾਰਾ ਸਾਡਾ ਕਿ ਅਸੀਂ ਉਹ ਬਾਰਡਰਾਂ ਨੂੰ ਤੋੜਾਂਗੇ, ਦਿੱਲੀ ਪਹੁੰਚਾਂਗੇ। ਪਹਿਲਾਂ ਵਾਂਗੂ ਜਿਵੇਂ ਲੰਬਾ ਸਮਾਂ ਲੱਗਿਆ, ਜੇ ਲੰਬਾ ਸਮਾਂ ਲੱਗਦਾ ਤਾਂ ਦੇਖੋ, ਜੇ ਲੰਬਾ ਸਮਾਂ ਲੱਗ ਗਿਆ ਫਿਰ ਵੀ ਸਾਨੂੰ ਉਰੇ ਆ ਕੇ ਖੁੱਡਿਆਂ 'ਚ ਬੰਦ ਰਹਿਣਾ ਪਊ, ਸਾਨੂੰ ਖੁੱਡਿਆਂ 'ਚ ਬੰਦ ਰਹਿਣ ਨੂੰ ਚਾਹੇ ਸਾਨੂੰ 1.5 ਸਾਲ ਲੱਗ ਜੇ, 1 ਸਾਲ ਲੱਗ ਜੇ, 6 ਮਹੀਨੇ ਲੱਗ ਜਾਣਾ, ਅਸੀਂ ਉਹ ਮੋਦੀ ਸਰਕਾਰ ਦੀ ਧੌਣ 'ਚੋਂ ਕੀਲਾ ਕੱਢ ਕੇ ਆਵਾਂਗੇ, ਕਿਉਂਕਿ ਅਸੀਂ ਉਹਨਾਂ ਸ਼ਹੀਦਾਂ ਦੇ ਵਾਰਸ ਹਾਂ ਜਿਹਨੇ ਸਾਡੇ ਲਈ ਛੋਟੇ ਛੋਟੇ ਬੱਚੇ ਸ਼ਹੀਦ ਕਰਤੇ, ਈਦ ਨਹੀਂ ਮੰਨੀ, ਅਸੀਂ ਉਹਨਾਂ ਦੇ ਵਾਰਸ ਹਾਂ ਪ੍ਰਭੂ। ਹਾਂਜੀ ਬਾਈ ਜੀ, ਕੀ ਨਾਮ ਆਪਣਾ ਜੀ? ਮੈਂ ਰਾਜਪਾਲ ਸਿੰਘ ਜੀ, BKU ਆਜ਼ਾਦ, ਜ਼ਿਲ੍ਹਾ ਆਗੂ। ਗੱਲ ਕਰੀਏ 13 ਦੀ, ਤਾਂ ਕਿਸ ਤਰੀਕੇ ਦੀਆਂ ਤਿਆਰੀਆਂ ਤੁਹਾਡੇ ਵੱਲੋਂ ਕੀਤੀਆਂ ਜਾ ਰਹੀਆਂ ਨੇ, ਲੜਾਈ ਕਿਵੇਂ ਦੀ ਲੱਗਦੀ ਹੈ? ਦੇਖੋ ਜੀ, ਲਗਭਗ ਅਸੀਂ ਸਾਡਾ ਇੱਧਰਲਾ ਕੀਤਾ ਹੈ ਸੰਗਰੂਰ ਬਲਾਕ ਦਾ, ਸਾਡੀਆਂ ਸਾਰੇ ਪਿੰਡਾਂ ਦੇ ਵਿੱਚ ਤਿਆਰੀਆਂ ਮੁਕੰਮਲ ਨੇ। ਤਕਰੀਬਨ ਸਾਡੇ ਮੰਗਵਾਲ ਪਿੰਡ ਦੀ ਲੈ ਲਓ ਗੱਲ, ਅਸੀਂ ਸਾਡੇ 7 ਟਰੈਕਟਰ ਪੂਰੇ ਤਿਆਰੀ 'ਚ ਮੁਕੰਮਲ ਨੇ, ਪਾਣੀ ਵਾਲੀ ਟੈਂਕੀ ਮੁਕੰਮਲਾ, ਪੂਰਾ ਸਾਰਾ ਪ੍ਰਬੰਧ ਅਸੀਂ ਨੇ, ਆਹ ਦੇਖ ਸਕਦੇ ਹੋ ਤੁਸੀਂ, ਪੂਰਾ ਤਿਆਰੀ ਹੈ ਸਾਡੀ। ਕਿਸ ਤਰੀਕੇ ਨਾਲ ਦੇਖਦੇ ਹੋ ਇਹੀ ਮੰਗਾਂ ਨੇ ਜਿਹੜੀਆਂ ਪਹਿਲਾਂ PM ਮੋਦੀ ਨੇ ਕਹਿ ਤਾ ਸੀ ਮੈਂ ਮੰਨ ਲਈਆਂ, ਲੰਬਾ ਸਮਾਂ ਹੋ ਗਿਆ, ਤਾਂ ਉਹਨੀ ਮੰਗਾਂ ਨੂੰ ਲੈ ਕੇ ਦੁਬਾਰੇ ਫਿਰ ਜਾਣਾ ਪੈ ਰਿਹਾ, ਹੁਣ ਵਿਸ਼ਵਾਸ ਕਿਵੇਂ ਕਰੋ? ਦੇਖੋ ਜੀ, ਜਿਹੜਾ ਆਪਣੀ MSP ਦਾ ਜਿਹੜਾ ਰਿੜਕਾ ਹੈ, ਰਹਿੰਦੀਆਂ ਮੰਗਾਂ ਖੀਰੀ ਨਾਲ ਸੰਬੰਧਿਤ ਮੰਗਾਂ ਨੇ ਜੀ, ਉਹ ਮਤਲਬ ਇਹਨਾਂ ਨੇ ਵਿਸ਼ਵਾਸ ਦਿੱਤਾ ਸੀ, ਉਦੋਂ ਇਹ ਫਿਰ ਮੁੱਕਰ ਚੱਲਦੇ ਨੇ ਜੀ, ਅਸੀਂ ਉਹਨਾਂ ਨੂੰ ਮਨਾਉਣ ਵਾਸਤੇ ਦੁਬਾਰੇ ਦਿੱਲੀ ਵੱਲ ਕੂਚ ਕਰਾਂਗੇ। ਜਿੰਨੀ ਮਰਜ਼ੀ ਲੰਬੀ ਲੜਾਈ ਲੈਣੀ ਪੈ, ਜਿੰਨੀ ਮਰਜ਼ੀ ਲੰਬੀ ਪੈਣੀ ਪੈ ਜੀ।